ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਰਾਏ ਜੀ ਨੇ ਪਰਿਵਾਰ ਦੇ ਨਾਲ ਤੀਰਥਾਂ ਦੀ ਯਾਤਰਾ ਕਰਨੀ। ਭਾਰਤ ਦਾ ਸੂਬਾ ਉੱਤਰ ਪ੍ਰਦੇਸ਼ ਯੂਪੀ ਪ੍ਰਾਚੀਨ ਸੱਭਿਅਤਾ ਅਤੇ ਧਰਮਾਂ ਦਾ ਕੇਂਦਰ ਹੈ। ਇਸ ਵਿੱਚ ਅਨੇਕਾਂ ਤੀਰਥਾਂ। ਪ੍ਰਾਚੀਨ ਕਾਲ ਵਿੱਚ ਆਰੀਆ ਲੋਕ ਦਰਿਆ ਗੰਗਾ ਦੇ ਜਮੁਨਾ ਕਿਨਾਰੇ ਬਹੁਤ ਰਹੇ ਸਨ। ਇਸ ਕਾਰਨ ਥਾਂ ਥਾਂ 'ਤੇ ਤੀਰਥ ਕਾਇਮ ਹੋ ਗਏ ਸਨ। ਬਨਾਰਸ, ਅਯੁੱਧਿਆ, ਪ੍ਰਯਾਗ, ਹਰਿਦੁਆਰ ਅਤੇ ਮਥੁਰਾ ਆਦਿਕ ਸੰਸਾਰ ਪ੍ਰਸਿੱਧ ਤੀਰਥ ਇਸੇ ਪ੍ਰਾਂਤ ਵਿੱਚ ਹਨ। ਮਾਤਾ ਨਾਨਕੀ ਜੀ, ਮਾਤਾ ਗੁਜਰ ਜੀ ਤੀਰਥਾਂ ਦੇ ਦਰਸ਼ਨ ਕਰਨ ਦੇ ਇੱਛਾਵਾਨ ਸਨ। ਉਹਨਾਂ ਨੇ ਫੈਸਲਾ ਕੀਤਾ ਕਿ ਤੀਰਥਾਂ ਦੀ ਯਾਤਰਾ ਕਰਦਿਆਂ ਹੋਇਆਂ ਜਾਣਾ ਚਾਹੀਦਾ ਹੈ। ਇੱਕ ਤਾਂ ਪੰਧ ਸੌਖਾ ਹੋ ਜਾਵੇਗਾ, ਦੂਸਰਾ ਰਾਹ ਵਿੱਚ ਯਾਤਰੂ ਵਿਹੀਨਾਂ ਮਿਲ ਜਾਇਆ ਕਰਨਗੇ ਅਤੇ ਰਾਹ ਦਾ ਖਤਰਾ ਟਲ ਜਾਇਆ ਕਰੇਗਾ। ਤੀਸਰਾ, ਜੀਵਨ ਦਾ ਕੀ ਭਰੋਸਾ ਹੈ ਕਿ ਫਿਰ ਖਬਰੇ ਇੱਧਰ ਆਉਣਾ ਹੈ ਕਿ ਨਹੀਂ ਆਉਣਾ ਹੈ। ਇਸ ਵਾਸਤੇ ਮਾਮਾ ਕਿਰਪਾਲ ਚੰਦ ਜੀ, ਗੁਰੂ ਗੋਬਿੰਦ ਰਾਏ ਜੀ, ਮਾਮਾ ਕਿਰਪਾਲ ਚੰਦ ਜੀ ਨੂੰ ਹੁਕਮ ਹੋਇਆ ਕਿ ਉਹ ਡੇਰੇ ਨੂੰ ਤੀਰਥਾਂ ਰਾਹੀਂ ਪੰਜਾਬ ਨੂੰ ਲਿਜਾਣ। ਸਭ ਤੋਂ ਪਹਿਲਾਂ ਤੀਰਥ ਰਾਹ ਵਿੱਚ ਬਨਾਰਸ ਆਇਆ। ਬਨਾਰਸ ਦਾ ਦੂਸਰਾ ਨਾਮ ਕਾਸ਼ੀ ਹੈ, ਜਿਸ ਕਾਸ਼ੀ ਵਿੱਚ ਇੱਕ ਦੋ ਨਹੀਂ ਸਗੋਂ ਹਜ਼ਾਰਾਂ ਮੰਦਰ ਹਨ, ਜਿੱਥੇ ਭਗਤਾਂ ਨੇ ਭਗਤੀ ਕੀਤੀ ਅਤੇ ਰਾਜੇ ਹਰੀਚੰਦ ਵਰਗੇ ਧਰਮੀ ਬੰਦੇ ਵਿਕੇ ਸਨ। ਗੰਗਾ ਦੇ ਕਿਨਾਰੇ ਵੈਸਾਲ ਮੰਦਰਾਂ ਵਿੱਚੋਂ ਸਵੇਰ ਸ਼ਾਮ ਨੂੰ ਭਗਤਾਂ ਦੀ ਪੂਜਾ ਹੁੰਦੀ ਹੈ। ਬਾਲ ਉਮਰ ਵਿੱਚ ਸਤਿਗੁਰੂ ਜੀ ਬਨਾਰਸ ਪੁੱਜੇ। ਗੰਗਾ ਕਿਨਾਰੇ ਇੱਕ ਧਰਮਸ਼ਾਲਾ ਵਿੱਚ ਡੇਰਾ ਲਾਇਆ ਗਿਆ। ਸਤਿਗੁਰੂ ਜੀ ਦੇ ਚਿਹਰੇ ਦਾ ਨੂਰ ਦੇਖ ਕੇ, ਗੁਰਸਿੱਖਾਂ ਦੇ ਗੁਰੂ ਘਰ ਦੇ ਪ੍ਰੇਮੀਆਂ ਦੀ ਸ਼ਰਧਾ ਦੇਖ ਕੇ ਪੰਡਿਤ ਲੋਕ ਦਰਸ਼ਨ ਕਰਨ ਆਏ। ਉਹਨਾਂ ਦੇ ਮਨਾਂ ਵਿੱਚੋਂ ਵੱਖਰੇ ਕੋਈ ਇਸ ਭਾਵਨਾ ਨਾਲ ਆਇਆ ਕਿ ਉਹ ਦੇਖੇ ਕਿ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਗੋਬਿੰਦ ਰਾਏ ਵਿੱਚ ਕਿੰਨੀ ਕੁ ਬ੍ਰਹਮ ਸ਼ਕਤੀ ਹੈ। ਕੋਈ ਇਸ ਵਿਚਾਰ ਨਾਲ ਆਇਆ ਕਿ ਉਹ ਗਿਆਨ ਚਰਚਾ ਕਰਕੇ ਲੋਕਾਂ ਨੂੰ ਦੱਸੇ ਕਿ ਕਾਸ਼ੀ ਦੇ ਪੰਡਿਤ ਬਹੁਤ ਵਿਦਵਾਨ ਹਨ। ਜੋ ਕੋਈ ਸਤਿਗੁਰੂ ਜੀ ਦੇ ਸਨਮੁਖ ਜੈਸੀ ਭਾਵਨਾ ਚਿੱਤ ਵਿੱਚ ਲੈ ਕੇ ਆਇਆ, ਤੈਸਾ ਹੀ ਫਲ ਉਹ ਪਾਉਂਦਾ ਗਿਆ। ਅਕਾਲ ਪੁਰਖ ਦੀ ਪ੍ਰੇਰਣਾ ਨਾਲ ਸਤਿਗੁਰੂ ਜੀ ਜਗਤ ਉੱਤੇ ਆਏ ਸਨ। ਉਹਨਾਂ ਨੂੰ ਜਗਤ ਦੇ ਹੰਕਾਰੀ ਲੋਕ ਕਿਵੇਂ ਜਿੱਤ ਸਕਦੇ ਸਨ? ਸਭ ਨੂੰ ਮੂੰਹ ਦੀ ਖਾਣੀ ਪਈ, ਸਾਰੇ ਹੈਰਾਨ ਹੋਏ। ਇੱਕ ਪੰਡਿਤ ਵੇਦ ਵਿਆਕਰਨ ਦਾ ਪੰਡਿਤ ਸੀ, ਉਸਨੇ ਕੁਝ ਸਲੋਕ ਪੜ੍ਹੇ ਅਤੇ ਸਤਿਗੁਰੂ ਜੀ ਨੇ ਅੱਗੇ ਸਵਾਲ ਕੀਤੇ। ਸਤਿਗੁਰਾਂ ਜੀ ਨੇ ਸੰਸਕ੍ਰਿਤ ਵਿੱਚ ਸਲੋਕਾਂ ਦੇ ਅਰਥ ਕਰ ਦਿੱਤੇ। ਇਹ ਦੇਖ ਸੁਣ ਕੇ ਪੰਡਿਤ ਦੰਗ ਰਹਿ ਗਿਆ, ਉਸ ਦੇ ਦੰਦ ਅਤੇ ਬੁੱਲ ਨਾਲ ਜੁੜ ਗਏ। ਉਸ ਨੂੰ ਕੁਝ ਹੋਰ ਪੁੱਛਣ ਦਾ ਹੌਂਸਲਾ ਨਾ ਪਿਆ। ਕੁਛ ਦਿਨ ਕਾਸ਼ੀ ਰਹਿ ਕੇ ਸਤਿਗੁਰੂ ਜੀ ਅੱਗੇ ਤੁਰੇ। ਗੋਬਿੰਦ ਰਾਏ ਜੀ ਜਿੱਥੇ ਵੀ ਪੜਾਅ ਕਰਦੇ ਉੱਥੇ ਹੀ ਮਾਤ ਲੋਕ ਦੇ ਕਲਯੁਗੀ ਜੀਵਨ ਨੂੰ ਉਤਾਰਦੇ। ਹੌਲੀ ਹੌਲੀ ਪ੍ਰਯਾਗ, ਵਰਤਮਾਨ, ਇਲਾਹਾਬਾਦ ਪਹੁੰਚ ਗਏ। ਤ੍ਰਿਵੈਣੀ ਤੀਰਥ ਦੀ ਯਾਤਰਾ ਕੀਤੀ, ਪੁੰਨ ਦਾਨ ਕੀਤੇ, ਅੱਗੇ ਤੁਰੇ। ਹੌਲੀ ਹੌਲੀ ਸਾਰੇ ਤੀਰਥਾਂ ਦੇ ਦਰਸ਼ਨ ਕਰਦੇ ਹੋਏ ਮਥੁਰਾ ਬਿੰਦਰਾਬਨ ਪੁੱਜ ਗਏ। ਮਥੁਰਾ ਦੇ ਬਿੰਦਰਾਬਨ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੀ ਬਾਲ ਲੀਲਾ ਦੀ ਅਮਰ ਯਾਦਗਾਰ ਹੈ। ਸਤਿਗੁਰੂ ਜੀ ਨੇ ਪ੍ਰਕਾਸ਼ਮਈ ਪ੍ਰਭਾਵਸ਼ਾਲੀ ਨੂੰ ਚਿਹਰੇ ਨੂੰ ਜਿਸ ਵੀ ਸਿਆਣੇ ਪੁਰਖ ਨੇ ਦੇਖਿਆ ਉਸੇ ਹੀ ਕਿਹਾ, ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਗੋਬਿੰਦ ਰਾਏ ਕ੍ਰਿਸ਼ਨ ਜੀ ਦੇ ਰੂਪ 'ਚ ਮੁੜ ਕੇ ਜਨਮ ਲਿਆ ਹੈ। ਬਹੁਤ ਲਕਾਈ ਦਰਸ਼ਨ ਕਰਨ ਵਾਸਤੇ ਗੁਰੂ ਗੋਬਿੰਦ ਰਾਏ ਜੀ ਦੀ ਆਈ। ਸਭ ਨਰ ਨਾਰੀ ਸਤਿਗੁਰੂ ਜੀ ਦਾ ਦਰਸ਼ਨ ਚਿਹਰੇ ਨੂੰ ਦੇਖ ਕੇ ਕੀਲੇ ਗਏ। ਸਭ ਦੇ ਹੱਥ ਜੁੜ ਗਏ ਬੁੱਲਾਂ ਵਿੱਚ। ਵਾਰ ਵਾਰ ਇਹ ਸ਼ਬਦ ਨਿਕਲ ਲੱਗਾ, ਧੰਨ ਸਤਿਗੁਰੂ, ਧੰਨ 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 ਸਤਿਗੁਰੂ, ਧੰਨ ਸ਼੍ਰੀ ਵਾਹਿਗੁਰੂ ਜੀ, ਧੰਨ ਸ਼੍ਰੀ ਕ੍ਰਿਸ਼ਨ ਜੀ। ਆਪਣੇ ਆਪਣੀ ਸਮਝ ਅਤੇ ਭਗਤੀ ਦੇ ਅਸਰ ਹੇਠ ਇਉਂ ਕਹਿੰਦੇ, ਕਲਯੁਗ ਦੇ ਪਾਪਾਂ ਨੂੰ ਖੰਡਨ ਵਾਸਤੇ ਅਤੇ ਤੁਰਕਾਂ ਦਾ ਨਾਸ ਕਰਨ ਵਾਸਤੇ ਕ੍ਰਿਸ਼ਨ ਜੀ ਨੇ ਮੁੜ ਕੇ ਅਵਤਾਰ ਧਾਰਿਆ। ਅਵਤਾਰ ਧਾਰਦੇ ਹੀ ਕਿਉਂ ਮਲੇਸ਼ਾਂ, ਤੁਰਕਾਂ, ਮੁਗਲਾਂ ਨੇ ਸਾਰੇ ਦੇਵ ਮੰਦਰ ਢਾਹ ਢੇਰੀ ਕੀਤੇ ਹਨ। ਧਰਮ ਦੀ ਹਾਨੀ ਹੋ ਰਹੀ ਹੈ। ਸ਼ੈਤਾਨ ਸ਼ਕਤੀਆਂ ਉਸੇ ਤਰ੍ਹਾਂ ਹੀ ਵੱਧ ਰਹੀਆਂ ਹਨ ਜਿਵੇਂ ਕਿ ਕਦੀ ਪਾਂਡਵਾਂ ਸਮੇਂ ਕੌਰਵ ਵਧੇ ਸਨ। ਉਸੇ ਵੇਲੇ ਦਰੋਪਦੀ ਦਾ ਨਿਰਾਦਰੀ ਹੋਈ ਸੀ, ਪਰ ਅੱਜ ਲੱਖਾਂ ਦਰੋਪਦੀਆਂ ਦੇ ਚੀਰ ਹਨ ਹਾਰੇ ਜਾ ਰਹੇ ਹਨ। ਲੱਖਾਂ ਨਗਨ ਕੀਤੀਆਂ ਜਾ ਰਹੀਆਂ ਹਨ। ਪ੍ਰਦੇਸ਼ ਦੀਆਂ ਮੰਡੀਆਂ ਵਿੱਚੋਂ ਵੇਚੀਆਂ ਜਾ ਰਹੀਆਂ ਹਨ। ਵੇਦ ਪੂਜਾ ਕਰਨ ਨਹੀਂ ਦਿੱਤੀ ਜਾਂਦੀ। ਮਲੇਸ਼ ਧਰਮ ਦਾ ਬੋਲਬਾਲਾ ਹੈ। ਠੀਕ ਹੈ, ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਨੇ ਅਵਤਾਰ ਧਾਰਿਆ ਹੈ, ਗੋਬਿੰਦ ਰਾਏ ਦੇ ਰੂਪ ਵਿੱਚ ਪੂਜੋ, ਸਤਿਕਾਰ ਕਰੋ। ਮਥੁਰਾ ਬਿੰਦਰਾਬਨ ਅਤੇ ਚੌਗਿਰਦੇ ਦੇ ਸਾਰੇ ਇਸਤਰੀ ਪੁਰਖਾਂ ਨੇ ਸਤਿਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨ ਕੀਤੇ, ਕਾਰ ਭੇਟ ਚੜ੍ਹਾਈ ਅਤੇ 10 ਦਿਨ ਰੱਖਿਆ। ਇੱਕ ਵਾਰ ਸਾਰੇ ਬਿੰਦਰਾਬਨ ਦੀ ਧਰਤੀ ਮੌਲ ਉੱਠੀ। ਪ੍ਰਸੰਨਤਾ ਹੀ ਪ੍ਰਸੰਨਤਾ ਹਰ ਪਾਸੇ ਦਿਖਾਈ ਦੇਣ ਲੱਗੀ। ਮੰਦਰ ਦੇ ਟੱਲ ਆਪਣੇ ਆਪ ਖੜਕਣ ਲੱਗ ਪਏ। ਠੰਡੀਆਂ ਹਵਾਵਾਂ ਆਈਆਂ, ਲੋਕਾਂ ਨੂੰ
ਚੰਗੇ ਸੁਪਨੇ ਆਏ। ਦੇਵ ਮੂਰਤੀਆਂ ਮਸਤ ਵਿੱਚ ਝੂਮੀਆਂ। ਗੋਬਿੰਦ ਰਾਏ ਜੀ ਦੇ ਦਰਸ਼ਨ ਕਰਕੇ ਸਾਰੇ ਹੀ ਬੜੇ ਖੁਸ਼ ਹੋਏ ਅਤੇ ਲੋਕਾਂ ਨੇ ਅਨੇਕ ਗੈਰ ਕੁਦਰਤੀ ਘਟਨਾਵਾਂ ਦੇਖੀਆਂ। ਜੋਤਿਸ਼ੀਆਂ ਨੇ ਜੋਤਿਸ਼ ਲਗਾ ਕੇ ਕਿਹਾ ਇਹ ਧਰਮ ਦੀ ਰੱਖਿਆ ਕਰਨ ਵਾਲਾ ਮਹਾਂਪੁਰਖ ਗੋਬਿੰਦ ਰਾਏ ਪ੍ਰਗਟਿਆ ਹੈ। ਧਰਮ ਦਾ ਡੰਡਾ ਉੱਚਾ ਹੋਵੇਗਾ, ਇਸ ਦੀ ਸ਼ਕਤੀ ਵਧੇਗੀ ਅਤੇ ਮਲੇਸ਼ ਸ਼ਕਤੀ ਘਟੇਗੀ ਔਰ ਤੀਸਰਾ ਪੰਥ ਚੱਲੇਗਾ। ਮਥੁਰਾ ਵਿੱਚ ਸੰਤਾਂ ਸੰਗਤਾਂ ਨੇ ਗ੍ਰਿਸਤੀਆਂ ਜੀਵੜਿਆਂ ਨੇ ਦਰਸ਼ਨ ਕਰਕੇ ਡੇਰਾ ਅੱਗੇ ਤੁਰਿਆ। ਮਥੁਰਾ ਤੋਂ ਸਿੱਧੇ ਰਵਾੜੀ ਨੂੰ ਆ ਗਏ। ਰਵਾੜੀ ਤੋਂ ਅੱਗੇ ਪੰਜਾਬ ਸ਼ੁਰੂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।